ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਚੈਨਲ ਨਿਊਜ਼ ਟਾਈਮ ਪੰਜਾਬ 'ਤੇ ਸਾਡਾ ਖਾਸ ਪ੍ਰੋਗਰਾਮ ਦਾ ਸੰਜੀਵ ਸ਼ਰਮਾ ਸ਼ੋ। ਇਸ ਪ੍ਰੋਗਰਾਮ ਵਿੱਚ ਅਸੀਂ ਮਿਲਦੇ ਹਾਂ ਲੋਕਾਂ ਨੂੰ ਜਿਨ੍ਹਾਂ ਨੇ ਕੁਝ ਖਾਸ ਮਿਹਨਤ ਕਰਕੇ ਕਾਮਯਾਬੀ ਨੂੰ ਹਾਸਿਲ ਕੀਤਾ ਹੁੰਦਾ। ਇਸੇ ਸ਼੍ਰਿੰਖਲਾ ਵਿੱਚ ਅਸੀਂ ਅੱਜ ਮਿਲ ਰਹੇ ਹਾਂ ਰਘੁਬੀਰ ਸਿੰਘ ਜੀ ਨੂੰ, ਜੋ ਕਿ ਨੋ ਲਿਮਿਟਸ ਫਿਟਨੈਸ ਜਿਮ ਦੇ ਮਾਲਕ ਨੇ ਅਤੇ ਜਿਮ ਇੰਸ ਅਤੇ ਜਿਮ ਟ੍ਰੇਨਰ ਅਤੇ ਇੰਸਟਰਕਟਰ ਨੇ। ਅਤੇ ਆਓ ਮਿਲਦੇ ਹਾਂ ਰਘੁਬੀਰ ਸਿੰਘ ਜੀ ਨੂੰ। ਸਤਿ ਸ਼੍ਰੀ ਅਕਾਲ ਜੀ ਰਘੁਬੀਰ ਸਿੰਘ ਜੀ, ਕਿੱਥੋਂ ਰਹਿਣ ਵਾਲੇ? ਮੇਰਾ ਬੇਸਿਕਲੀ ਪਿੰਡ ਹੈਗਾ ਖੋਸਾ ਰਣਧੀਰ, ਪਰ ਮੇਰੀ ਰਿਹਾਇਸ਼ ਮੋਗੇ 'ਚ ਵੀ ਹੈਗੀ ਹੈ ਜੀ। ਜੀ ਹਾਂਜੀ। ਸਰ, ਪੜ੍ਹਾਈ ਲਿਖਾਈ ਫਿਰ ਕਿੱਥੋਂ ਸ਼ੁਰੂਆਤ ਹੋਈ? ਮੈਂ ਦਰਅਸਲ ਪਹਿਲਾਂ ਜ਼ੀਰਾ ਸਕੂਲ ਜ਼ੀਰੇ ਤੋਂ ਸਟੱਡੀ ਕੀਤੀ ਹੋਈ ਆਪਣੀ, ਔਰ ਗ੍ਰੈਜੂਏਸ਼ਨ ਕੀਤੀ ਆ ਮੋਗਾ ਗੁਰੂ ਨਾਨਕ ਕਾਲਜ ਤੋਂ, ਔਰ ਉਸ ਤੋਂ ਬਾਅਦ 'ਚ ਮੈਂ ਈਟੀ ਕੀਤੀ ਹੈ ਆਫਟਰ ਗ੍ਰੈਜੂਏਸ਼ਨ ਨਵਾਂ ਸ਼ਹਿਰ ਤੋਂ, ਅਤੇ ਫਿਰ ਬੀ ਪੀ ਐਡ ਕੀਤੀ ਹੈ ਬਠਿੰਡੇ ਮਾਲਵਾ ਕਾਲਜ ਤੋਂ। ਸਰ, ਇੰਨਾ ਕੁਛ ਕਰਨ ਤੋਂ ਬਾਅਦ ਫਿਰ ਜਿਮ ਬਾਰੇ ਸੋਚਣਾ ਜਾਂ ਇੱਧਰ ਨੂੰ ਆਉਣਾ, ਉਹ ਕਿਵੇਂ ਹੋਇਆ? ਸਰ, ਦਰਅਸਲ ਕਿ ਮੈਂ ਜਦੋਂ ਛੋਟੇ ਪਹਿਲਾਂ ਮਤਲਬ ਕਿ ਸਟੱਡੀ ਕਰਦਾ ਸੀ, ਮੈਂ ਨਾਲ ਸਟੱਡੀ ਦੇ ਨਾਲ ਨਾਲ ਗੇਮ ਕਰਦਾ ਸੀਗਾ। ਅਥਲੈਟਿਕਸ ਦੇ ਵਿੱਚ ਮੇਰਾ ਈਵੈਂਟ ਸੀਗਾ ਹੈਮਰ ਥਰੋ ਜੀ, ਔਰ ਮੈਂ ਹੈਮਰ ਥਰੋ ਮਤਲਬ ਕਿ ਸਕੂਲ ਟਾਈਮ ਦੇ ਵਿੱਚ ਕਰਦਾ ਸੀਗਾ, ਅਤੇ ਗੇਮ ਦੇ ਨਾਲ ਜਿਹੜਾ ਜਿਮ ਆ ਉਹ ਮਤਲਬ ਕਿ ਇੱਕ ਪਾਰਟ ਹੀ ਆ ਕਿ ਲਗਾਉਣਾ ਹੀ ਪੈਂਦਾ ਨਾਲ ਫਿਰ, ਅਤੇ ਮੈਂ ਉਸ ਟਾਈਮ 'ਤੇ ਜਿਮ ਸ਼ੁਰੂ ਤੋਂ ਲਗਾਉਂਦਾ ਹੀ ਸੀਗਾ ਨਾਲ ਹੀ। ਹਾਂਜੀ। ਔਰ ਮੇਰਾ ਨੌਰਥ ਇੰਡੀਆ 'ਚੋਂ ਬਰੋਂਜ ਮੈਡਲ ਆ ਹੈਮਰ ਦੇ ਵਿੱਚ ਜੀ। ਹਾਂਜੀ। ਸਰ, ਫਿਰ ਉਹ ਕਿੰਨਾ ਤੱਕ ਤੁਸੀਂ ਕਰਦੇ ਰਹੇ ਹੈਮਰ ਥਰੋ? ਮੈਂ ਸਰ ਕਾਲਜ ਟਾਈਮ ਤੱਕ ਕਰਦਾ ਰਿਹਾ, ਫਿਰ ਕਾਲਜ ਟਾਈਮ ਤੋਂ ਬਾਅਦ 'ਚ ਮਤਲਬ ਕਿ ਗੇਮ ਛੱਡ ਦਿੱਤੀ ਸੀ ਜੀ। ਹਾਂਜੀ। ਅਤੇ ਉਸ ਤੋਂ ਬਾਅਦ ਤੁਸੀਂ ਫਿਰ ਜਿੰਮੇ ਖੋਲ੍ਹਿਆ ਆਪਣਾ? ਹਾਂਜੀ, ਮੈਂ 2 ਸਾਲ ਫਿਰ ਮੈਂ ਪ੍ਰਾਈਵੇਟ ਜੋਬ ਕੀਤੀ ਆ, ਔਰ ਉਸ ਤੋਂ ਬਾਅਦ 'ਚ ਫਿਰ ਮੈਂ ਮਤਲਬ ਜਿਹੜਾ ਮੇਰਾ ਦਿਲ ਸੀਗਾ ਉਹ ਆਪਣੀ ਗੇਮ ਜਾਂ ਜਿੰਮ ਦੇ ਵਿੱਚ ਹੀ ਸੀਗਾ, ਅਤੇ ਫਿਰ ਮੈਂ ਆਪਣਾ ਜਿੰਮ ਓਪਨ ਕਰ ਲਿੱਤਾ, ਜਿਹਦੇ ਵਿੱਚ ਮੈਂ ਹੁਣ ਮਤਲਬ ਕਿ ਬੱਚਿਆਂ ਨੂੰ ਜਿੰਮ ਦੇ ਨਾਲ ਨਾਲ ਅਥਲੈਟਿਕਸ ਦੀ ਵੀ ਪ੍ਰੈਕਟਿਸ ਕਰਵਾਉਣਾ, ਜਿਵੇਂ ਥੋਆ ਵਗੈਰਾ ਦੀ, ਮਤਲਬ ਜਿਹਨਾਂ ਨੂੰ ਫ੍ਰੀ ਆਫ ਕੋਸਟ ਉਹਦਾ ਕੋਈ ਚਾਰਜ ਨਹੀਂ ਲੈਂਦਾ ਹੈ, ਅਤੇ ਉਹਨਾਂ ਨੂੰ ਮੈਂ ਤਿਆਰੀ ਵੀ ਨਾਲ ਕਰਵਾਉਣਾ। ਹਾਂਜੀ। ਸਰ, ਅੱਜ ਕੱਲ੍ਹ ਲੋਕ ਫਿਟਨੈਸ ਦਾ ਬਹੁਤ ਧਿਆਨ ਰੱਖਦੇ ਆ, ਅਤੇ ਬੜੇ ਲੋਕ ਤੁਹਾਨੂੰ ਲਾਉਂਦੇ ਵੀ ਹੋਣਗੇ, ਅਤੇ ਮੈਂ ਜਿਵੇਂ ਸੁਣਿਆ ਜੇ ਲੋਕ ਜਿਹੜੇ ਸਪਲੀਮੈਂਟਸ ਵਗੈਰਾ ਲੈਂਦੇ ਆ, ਉਹਦਾ ਕੀ ਫਾਇਦਾ ਜਾਂ ਨੁਕਸਾਨ ਆ? ਹਾਂਜੀ ਸਰ, ਦੇਖੋ ਕਿ ਜਿਹੜਾ ਸਪਲੀਮੈਂਟਸ ਵਗੈਰਾ ਜਿੱਦਾਂ ਹੈਗੇ ਆ, ਸਪਲੀਮੈਂਟਸ ਜਿਹੜੇ ਉਹਨਾਂ ਦਾ ਕੋਈ ਆਪਾਂ ਨੁਕਸਾਨ ਤਾਂ ਨਹੀਂ ਕਹਿ ਸਕਦੇ ਜੇ ਉਹ ਮਤਲਬ ਓਰਿਜਨਲ ਕੁਆਲਿਟੀ ਦੇ ਓਰਿਜਨਲ ਹੈਗੇ ਆ, ਪਰ ਜਿਹੜੇ ਨਿਊ ਜੁਆਇਨਿੰਗ ਕਰਦੇ ਆ ਜਿੰਮ ਜਾਂ ਮਤਲਬ ਕਿ ਜੇ ਮੇਰੇ ਕੋਲ ਬਹੁਤ ਸਾਰੇ ਬੱਚੇ ਆਉਂਦੇ ਆ ਜਿਹਨਾਂ ਨੂੰ ਜਾਂ ਸਟੂਡੈਂਟ ਇੱਥੇ ਆਉਂਦੇ ਆ ਜਿਹਨਾਂ ਨੂੰ ਅਜੇ 2 ਜਾਂ 1 ਜਾਂ 2 ਦਿਨ ਜਿੰਮ ਲਾਏ ਨੂੰ ਹੋਏ ਹੁੰਦੇ ਆ, ਉਹਨਾਂ ਦੇ ਮਾਇੰਡ ਦੇ ਵਿੱਚ ਵੀ ਇਹ ਸੈਟਅਪ ਹੁੰਦਾ ਵੀ ਕਣੀ ਸਪਲੀਮੈਂਟ ਲੈ ਕੇ ਦਿਨਾਂ ਦੇ ਵਿੱਚ ਬੋਡੀ ਬਣ ਜੂਗੀ ਸਾਡੀ, ਤਾਂ ਉਹ ਸਿੱਧੇ ਡਾਇਰੈਕਟ ਸਪਲੀਮੈਂਟ ਵੱਲ ਜਾਂਦੇ ਆ। ਮੈਂ ਮਤਲਬ ਕਿ ਇਹੀ ਸੁਜੈਸ਼ਨ ਦਿੰਦਾ ਕਿ ਸਭ ਤੋਂ ਪਹਿਲਾਂ ਜਿਹੜਾ ਜਿੰਨਾ ਤੁਹਾਨੂੰ ਜਿਹੜੀ ਜ਼ਰੂਰਤ ਆ ਉਹ ਨੈਚੁਰਲੀ ਡਾਇਟ, ਜਿਵੇਂ ਘਰੇ ਦੁੱਧ ਦਹੀਂ ਲੱਸੀ ਤੁਹਾਨੂੰ ਪਹਿਲਾਂ ਲੈਣਾ ਚਾਹੀਦਾ, ਜੇ ਮਤਲਬ ਕਿ ਉਹ ਤੁਹਾਨੂੰ ਨਹੀਂ ਮਿਲ ਰਿਹਾ ਫਿਰ ਤੁਹਾਨੂੰ ਆਪਣਾ ਸਪਲੀਮੈਂਟ ਵਾਲੇ ਸਾਈਡ 'ਤੇ ਜਾਣਾ ਚਾਹੀਦਾ। ਹਾਂਜੀ। ਜਿਹੜੀ ਇੱਕ ਵਧੀਆ ਡਾਇਟ ਹੁੰਦੀ ਹੈ ਹਰੀਆਂ ਸਬਜ਼ੀਆਂ, ਉਹ ਵੀ ਬਹੁਤ। ਹਾਂਜੀ ਹਾਂਜੀ, ਜਿੱਦਾਂ ਹਰੀਆਂ ਸਬਜ਼ੀਆਂ ਹੋ ਗਈਆਂ, ਫਰੂਟਸ ਵਗੈਰਾ ਹੋ ਗਏ, ਪਨੀਰ ਹੋ ਗਿਆ, ਦੁੱਧ ਹੋ ਗਿਆ, ਦਹੀਂ ਹੋ ਗਿਆ, ਬਾਕੀ ਤੁਸੀਂ ਨੌਨ ਵੈਜ ਜੇ ਲੈ ਰਹੇ ਹੋ ਤਾਂ ਐੱਗ ਆ ਜਾਂਦੇ ਆ, ਚਿਕਨ, ਮਟਨ, ਸਭ ਕੁਝ ਲੈ ਸਕਦੇ ਹਾਂ ਨੈਚੁਰਲੀ ਡਾਇਟ ਦੇ ਵਿੱਚ। ਰਘੁਬੀਰ ਜੀ, ਕਈ ਡਾਕਟਰਸ ਪ੍ਰਸਕ੍ਰਾਈਬ ਕਰਦੇ ਕਿ ਸੋਇਆ ਚੀਜ਼ਾਂ, ਜਿਵੇਂ ਸੋਇਆ ਪਨੀਰ, ਸੋਇਆ ਦੁੱਧ, ਉਹ ਵੀ ਜਿਹੜੇ ਜਿੰਮ ਜਾਂਦੇ ਆ ਉਹਨੂੰ ਲੈਣਾ ਚਾਹੀਦਾ? ਹਾਂਜੀ ਸਰ, ਸੋਇਆ ਪਨੀਰ ਜਾਂ ਸੋਇਆ ਦੁੱਧ ਤਾਂ ਬਹੁਤ ਵਧੀਆ ਹੈਗਾ ਕਿਉਂਕਿ ਪ੍ਰੋਟੀਨ ਦਾ ਇੱਕ ਰਿਚ ਸੋਰਸ ਆ, ਅਤੇ ਬਿਲਕੁਲ ਸਾਨੂੰ ਲੈਣਾ ਚਾਹੀਦਾ ਜੀ। ਸਰ, ਕਈ ਜਿੰਮ ਵਾਲੇ ਕਹਿੰਦੇ ਕਿ ਤੁਸੀਂ ਸਟੀਰਾਇਡਸ ਲਓ ਜਿਹਦੇ ਨਾਲ ਕਿ ਬਾਡੀ ਜਲਦੀ ਬਣ ਜਾਂਦੀ ਹੈ, ਅਤੇ ਅੱਜ ਕੱਲ੍ਹ ਯੂਥ ਵੀ ਉਸ ਵੱਲ ਜਾ ਰਹੀ ਹੈ, ਤੁਹਾਡਾ ਕੀ ਕਹਿਣਾ? ਹਾਂਜੀ, ਦੇਖੋ ਇਹਦੇ 'ਤੇ ਸਰ ਗੱਲ ਇਹ ਆ ਕਿ ਜਿਹੜਾ ਦੇਖੋ ਜੇ ਤਾਂ ਕੋਈ ਜਿੰਮ ਵਾਲਾ ਕਹਿੰਦਾ ਤਾਂ ਮਤਲਬ ਕਿ ਉਹਦੇ ਵਾਸਤੇ ਬਿਲਕੁਲ ਗਲਤ ਆ ਇਹ ਗੱਲ, ਕਿਉਂਕਿ ਅਸੀਂ ਆਪਣੇ ਥੋੜ੍ਹੇ ਜਿਹੇ ਫਾਇਦੇ ਕਰਕੇ 10-20 ਹਜ਼ਾਰ ਜਾਂ ਕੋਈ 5-10 ਹਜ਼ਾਰ ਰੁਪਏ ਕਰਕੇ ਕਿਸੇ ਬੱਚੇ ਦਾ ਫਿਊਚਰ ਜਾਂ ਉਹਦੀ ਲਾਈਫ ਖਰਾਬ ਕਰਦੇ ਹਾਂ, ਤਾਂ ਮਤਲਬ ਕਿ ਮੈਂ ਇਹਨੂੰ ਕੋਈ ਬੜੀ ਵਧੀਆ ਗੱਲ ਨਹੀਂ ਸਮਝਦਾ ਗਾ। ਬਾਕੀ ਜਿਹੜੇ ਅੱਜ ਦੇ ਜਨਰੇਸ਼ਨ ਆ ਬੱਚੇ ਆ, ਸਮਝਦਾ ਪਹਿਲਾਂ ਹੀ ਦੱਸ ਕੇ ਟਿਆ ਕਿ ਬੱਚੇ ਖੁਦ ਆਪ ਹੀ ਚਾਹੁੰਦੇ ਆ ਕਿ ਕਹਿੰਦਾ ਕਿ ਉਹ 2-3 ਦਿਨ ਆਉਂਦੇ ਆ ਕਿ ਸਰ ਸਾਨੂੰ ਸ਼ੋਰਟਕੱਟ, ਅਸੀਂ ਸ਼ੋਰਟਕੱਟ ਰਾਸਤਾ ਭਾਲਦੇ ਹਾਂ ਹਰੇਕ ਚੀਜ਼ ਦਾ, ਕਿ ਮਿਹਨਤ ਕਰਕੇ ਕੋਈ ਰਾਜ਼ੀ ਨਹੀਂ ਹੈਗਾ, ਸ਼ੋਰਟਕੱਟ ਰਾਸਤਾ ਉਹਦਾ ਲੱਭਦੇ ਆ ਕਿ ਸ਼ੋਰਟਕੱਟ ਦੇ ਵਿੱਚ ਸਿੱਧਾ ਕੋਈ ਸਟੀਰੋਇਡ ਵਗੈਰਾ ਇੰਜੈਕਸ਼ਨ ਵਗੈਰਾ ਲਏ ਤਾਂ ਜਿਹਦੇ ਨਾਲ ਜਲਦੀ ਬੋਡੀ ਬਣ ਜਾਵੇ, ਪਰ ਇਹ ਬਿਲਕੁਲ ਗਲਤ ਆ। ਇਹਦੇ ਨਾਲ ਤੁਹਾਡੀ ਬੋਡੀ ਨੂੰ ਬਹੁਤ ਜ਼ਿਆਦਾ ਨੁਕਸਾਨ ਹੁੰਦੇ ਆ, ਜਿਹੜੇ ਕਿ ਬਾਅਦ 'ਚ ਤੁਹਾਨੂੰ ਪਤਾ ਲੱਗਦੇ ਆ, ਮਤਲਬ ਕਿ ਇਹਦੇ ਨਾਲ ਤੁਸੀਂ ਸੁਣਿਆ ਹੋਊਗਾ ਬਹੁਤ ਸਾਰੀਆਂ ਡੈਥ ਵਗੈਰਾ ਵੀ ਹੋ ਜਾਂਦੀਆਂ, ਹਾਰਟ ਅਟੈਕ ਹੋ ਜਾਂਦਾ, ਬ੍ਰੇਨ ਦੀ ਕੋਈ ਪ੍ਰੋਬਲਮ ਆਣ ਕੇ ਮਤਲਬ ਕਿ ਬ੍ਰੇਨ ਅਟੈਕ ਹੋ ਜਾਂਦਾ। ਬਿਲਕੁਲ। ਹਾਂਜੀ। ਔਰ ਲੀਵਰ ਕਿਡਨੀ ਡੈਮੇਜ ਹੋ ਜਾਂਦੀਆਂ, ਮਤਲਬ ਕਿ ਬਹੁਤ ਜ਼ਿਆਦਾ ਇਹਦੇ ਸਾਈਡ ਇਫੈਕਟ ਆ। ਇਸ ਕਰਕੇ ਜਿਹੜਾ ਸਟੀਰੋਇਡ ਆ ਉਹ ਬਿਲਕੁਲ ਵੀਕਨੈਸ ਵੀ ਬਹੁਤ ਜ਼ਿਆਦਾ ਹੋ ਜਾਂਦੀ ਹੈ, ਜਾਂ ਬੰਦਾ ਨਾਮਰਦ ਦੇ ਕਾਬਲ ਹੋ ਜਾਂਦਾ। ਸਰ ਦੇਖੋ, ਜਿੱਦਾਂ ਮਤਲਬ ਕਿ ਕੋਈ ਵੀ ਤੁਸੀਂ ਸਟੀਰੋਇਡ ਜਿਹੜੇ ਲੈ ਰਹੇ ਆ, ਮਤਲਬ ਸਟੀਰੋਇਡ ਦੇ ਵਿੱਚ ਕਹਿੰਦਾ ਮਤਲਬ ਜਿਹੜੇ ਆਪਾਂ ਐਨਾਬੋਲਿਕ ਸਟੀਰੋਇਡ ਜਿਹਨਾਂ ਨੂੰ ਅਸੀਂ ਬੋਲਦੇ ਹਾਂ ਜੀ, ਉਹਦੇ ਵਿੱਚ ਕੀ ਹੁੰਦਾ ਕਿ ਉਹ ਇੱਕ ਤਰ੍ਹਾਂ ਦੇ ਸਾਡੇ ਆਰਟੀਫਿਸ਼ਲ ਹਾਰਮੋਨਸ ਆ, ਜਿਹੜੇ ਮਤਲਬ ਕਿ ਮਨੁੱਖ ਨੇ ਆਪਣੇ ਦੁਆਰਾ ਆਰਟੀਫਿਸ਼ਲ ਬਣਾਏ ਹੋਏ ਆ,
ਠੀਕ ਹੈ ਜੀ। ਔਰ ਆਰਟੀਫਿਸ਼ਲ ਜਦੋਂ ਸਾਨੂੰ ਬੋਡੀ ਨੂੰ ਸਾਡੀ ਨੂੰ ਆਰਟੀਫਿਸ਼ਲ ਹਾਰਮੋਨਸ ਬਾਹਰੋਂ ਮਿਲਣੇ ਸ਼ੁਰੂ ਹੋ ਜਾਂਦੇ ਆ ਤਾਂ ਉਹ ਕੀ ਹੁੰਦਾ ਕਿ ਜਿਹੜੀ ਸਾਡੀ ਬੋਡੀ ਆ ਉਹ ਨੈਚੁਰਲੀ ਮਤਲਬ ਜਿਹੜੇ ਹਾਰਮੋਨਸ ਆ ਉਹਨੂੰ ਪ੍ਰੋਡਿਊਸ ਕਰਨਾ ਬੰਦ ਕਰ ਦਿੰਦੀ ਆ। ਤਾਂ ਕਈ ਵਾਰੀ ਉਹ ਪ੍ਰੋਪਰਲੀ ਤੌਰ 'ਤੇ ਵੀ ਸਾਡੀ ਬੋਡੀ ਜਦੋਂ ਅਸੀਂ ਸਟੀਰੋਇਡ ਲੈ ਰਹੇ ਹੁੰਦੇ ਹਾਂ ਉਦੋਂ ਤਾਂ ਉਸ ਟਾਈਮ 'ਤੇ ਤਾਂ ਜਿਹੜੇ ਸਾਡੇ ਹਾਰਮੋਨਸ ਜਿਹੜੇ ਡਿਵੈਲਪ ਹੋਣਾ ਜਿੱਦਾਂ ਮਤਲਬ ਕਿ ਸਾਡਾ ਜਿਹੜਾ ਮਰਦਾਂ ਦੇ ਵਿੱਚ ਜਿਹੜਾ ਹਾਰਮੋਨ ਪਾਇਆ ਜਾਂਦਾ ਉਹਨੂੰ ਟੈਸਟੋਸਟੇਰੋਨ ਕਹਿੰਦੇ ਆ, ਜਿਹੜਾ ਟੈਸਟੋਸਟੇਰੋਨ ਹਾਰਮੋਨ ਆ ਉਸ ਟਾਈਮ 'ਤੇ ਤਾਂ ਮਤਲਬ ਕਿ ਬੋਡੀ ਬੰਦ ਕਰ ਹੀ ਦਿੰਦੀ ਆ। ਪਰ ਜੇਕਰ ਮਤਲਬ ਆਪਾਂ ਇਹਨੂੰ ਲੰਬੇ ਸਮੇਂ ਲਈ ਬਾਹਰੋਂ ਲਈ ਜਾਂਦੇ ਹਾਂ ਤਾਂ ਜਿਹੜਾ ਸਾਡੀ ਬੋਡੀ ਹੈ ਇਹਨੂੰ ਪ੍ਰੋਪਰਲੀ ਤੌਰ 'ਤੇ ਵੀ ਬੰਦ ਕਰ ਦਿੰਦੀ ਆ ਅਤੇ ਅਸੀਂ ਉਸ ਟਾਈਮ 'ਤੇ ਕਹਿ ਸਕਦੇ ਹਾਂ ਕਿ ਸਾਡਾ ਜਿਹੜਾ ਸੈਕਸੁਅਲੀ ਵੀ ਜਾਂ ਮਤਲਬ ਕਿ ਜਿਹੜੇ ਪ੍ਰੋਬਲਮ ਆ ਕ੍ਰੀਏਟ ਹੁੰਦੀਆਂ ਸਾਡੀਆਂ। ਸਰ ਆਪਾਂ ਇਹ ਕਹਿ ਸਕਦੇ ਕਿ ਲੋਕ ਅੱਜ ਕੱਲ੍ਹ ਜਿਮਸ ਖੋਲ੍ਹ ਰਹੇ ਆ ਸਿਰਫ ਇਸ ਕਰਕੇ ਕਿ ਉਹ ਪੈਸਾ ਕਮਾਉਣ ਦੀ ਖਾਤਰ ਕਰ ਰਹੇ ਆ, ਪਰ ਉਹ ਨੌਜਵਾਨ ਪੀੜ੍ਹੀ ਹੈ ਜਿਹੜੀ ਉਹਨਾਂ ਦੇ ਜੀਵਨ ਨਾਲ ਖਿਲਵਾੜ ਕਰ ਰਹੇ ਆ ਕਿ ਉਹਨੂੰ ਸਟੀਰੋਇਡਸ ਅਤੇ ਜਾਂ ਮੈਡੀਸਿਨ ਲਗਾ ਕੇ। ਨਹੀਂ ਸਰ, ਦੇਖੋ ਕਿ ਜਿਹੜਾ ਸਹੀ ਟ੍ਰੇਨਰ ਜਾਂ ਜਿਹੜਾ ਸਹੀ ਕੋਈ ਵੀ ਤੁਹਾਡਾ ਕੋਚ ਆ ਉਹ ਤੁਹਾਨੂੰ ਮਤਲਬ ਗਲਤ ਬਣੇ ਨਹੀਂ ਗਾਈਡ ਕਰੂਗਾ, ਕਦੇ ਵੀ ਉਹ ਤੁਹਾਨੂੰ ਸਟੀਰੋਇਡ 'ਤੇ ਨਹੀਂ ਲੈ ਕੇ ਜਾਊਗਾ। ਬਾਕੀ ਸਾਨੂੰ ਖੁਦ ਵੀ ਇਸ ਚੀਜ਼ ਦੀ ਨੌਲੇਜ ਹੋਣੀ ਚਾਹੀਦੀ ਆ ਕਿ ਅਸੀਂ ਸਟੀਰੋਇਡ ਨਹੀਂ ਲੈਣਾ ਗਾ, ਠੀਕ ਹੈ ਜੀ। ਕਿਉਂਕਿ ਜਿਹੜਾ ਜਿੰਮ ਆ, ਜਿੰਮ ਨੂੰ ਅਸੀਂ ਸਿਰਫ ਜਿਹੜਾ ਜਿੰਮ ਉਹ ਬੋਡੀ ਬਣਾਉਣ ਲਈ ਮਤਲਬ ਕਿ ਜਾਂ ਨਹੀਂ ਮਤਲਬ ਅਸੀਂ ਮਤਲਬ ਓਪਨ ਕਰਦੇ ਜਾਂ ਮਤਲਬ ਕਿ ਇਹਨੂੰ ਨਹੀਂ ਬਣਾਉਂਦੇ ਲੋਕ, ਮਤਲਬ ਕਿ ਲੋਕ ਜੁਆਇਨ ਕਰਦੇ ਗਏ ਕਸਟਮਰ, ਮਤਲਬ ਜਿਹੜਾ ਜਿੰਮ ਆ ਅਸੀਂ ਇਹਨੂੰ ਫਿਟਨੈਸ ਲੈਵਲ ਲਈ ਜੁਆਇਨ ਕਰਦੇ ਹਾਂ, ਮਤਲਬ ਅਸੀਂ ਆਪਣਾ ਫਿਟਨੈਸ ਲੈਵਲ ਨੂੰ ਇੰਪਰੂਵ ਕਰਨ ਵਾਸਤੇ, ਜਿਹੜਾ ਫਿਟਨੈਸ ਲੈਵਲ ਉਹ ਨੈਚੁਰਲੀ ਢੰਗ ਨਾਲ ਬਸ ਐਕਸਰਸਾਈਜ਼ ਲਾ ਕੇ ਇੰਪਰੂਵ ਹੋ ਸਕਦਾ। ਹਾਂਜੀ ਸਰ, ਕਿਸ ਤਰ੍ਹਾਂ ਸਟੂਡੈਂਟ ਆਉਂਦੇ ਹੈਗੇ, ਕੀ ਪ੍ਰੋਬਲਮ ਹੁੰਦੀਆਂ ਉਹਨਾਂ ਨੂੰ, ਕੀ ਪ੍ਰੋਬਲਮ ਲੈ ਕੇ ਤੁਹਾਡੇ ਕੋਲ ਆਉਂਦੇ ਕਿ ਅਸੀਂ ਆਪਣੀ ਬੋਡੀ ਨੂੰ ਫਿਟ ਰੱਖਣਾ? ਦੇਖੋ ਜੀ, ਪਹਿਲੀ ਤਾਂ ਮਤਲਬ ਕਿ ਜ਼ਿਆਦਾਤਰ ਪ੍ਰੋਬਲਮ ਵਾਲੇ ਤਾਂ ਨਹੀਂ ਆਉਂਦੇ, ਮਤਲਬ ਕਿ ਸਭ ਤੋਂ ਮੇਨ ਹੁੰਦਾ ਕਿ ਸਿਰਫ ਉਹਨਾਂ ਦਾ ਫਿਟਨੈਸ ਲੈਵਲ, ਉਹਨਾਂ ਨੇ ਆਪਣੀ ਬੋਡੀ ਨੂੰ ਫਿੱਟ ਕਰਨਾ ਹੁੰਦਾ ਜਿਹੜਾ ਵੱਧ ਤੋਂ ਵੱਧ, ਜਿਹਦੇ ਲਈ ਜਿੰਮ ਦੇ ਵਿੱਚ ਕਦੇ ਵੀ ਜਾਂਦੇ ਆ ਜਾਂ ਮਤਲਬ ਕਿ ਕੋਈ ਵੀ ਹੁੰਦਾ। ਅਤੇ ਔਰ ਜਿਹੜਾ ਜ਼ਿਆਦਾ ਵੈਸੇ ਅੱਜ ਦੇ ਟਾਈਮ 'ਚ ਜੇ ਦੇਖਿਆ ਹੋਵੇ ਜਿਵੇਂ ਤਾਂ ਜ਼ਿਆਦਾ ਜਿਹੜੀ ਪ੍ਰੋਬਲਮ ਆ ਰਹੀ ਆ ਉਹ ਸਿਰਫ ਮੋਟਾਪੇ ਦੀ, ਫੈਟ ਦੀ, ਮਤਲਬ ਕਿ ਲੋਕ ਪਤਲਾ ਆਉਣਾ, ਮੋਟਾਪਾ ਜ਼ਿਆਦਾ ਆ ਰਿਹਾ ਜਿਹੜਾ ਲੋਕਾਂ ਦੇ ਵਿੱਚ ਸਭ ਤੋਂ ਜ਼ਿਆਦਾ ਦੇਖਣ ਨੂੰ ਮਿਲਦਾ। ਹਾਂਜੀ ਰਘੁਵੀਰ ਜੀ, ਦੇਖਣ ਨੂੰ ਆਇਆ ਕਿ ਕੋਈ ਬੜੇ ਪਤਲੇ ਬੰਦੇ ਹੁੰਦੇ ਆ, ਉਹ ਕਹਿੰਦੇ ਅਸੀਂ ਮੋਟਾਪਾ ਗੇਨ ਕਰਨਾ, ਕਈ ਲੋਕ ਆਉਂਦੇ ਕਿ ਅਸੀਂ ਲੂਜ਼ ਕਰਨਾ, ਅਤੇ ਦੋਵੇਂ ਕਿਵੇਂ ਫਿਰ ਤੁਸੀਂ ਮੇਨਟੇਨ ਕਰਦੇ ਹੋ ਇਸ ਗੱਲ ਨੂੰ? ਦੇਖੋ ਜੀ, ਅਸੀਂ ਮਤਲਬ ਕਿ ਇਹਨਾਂ ਦਾ ਜਿਹੜਾ ਮਤਲਬ ਡਾਇਟ ਨੂੰ ਮੇਨਟੇਨ ਕਰਦੇ ਹਾਂ, ਪਹਿਲਾਂ ਸਭ ਤੋਂ ਪਹਿਲਾਂ ਉਹਦੀ ਕਿ ਉਹ ਕਿੰਨੀਆਂ ਕੈਲਰੀਜ਼ ਬਰਨ ਕਰ ਰਿਹਾ ਦਿਨ ਦੇ ਵਿੱਚ, ਜਾਂ ਉਹ ਕਿੰਨੀਆਂ ਕੈਲਰੀਜ਼, ਕਿੰਨੇ ਕਾਰਬ, ਕਿੰਨੇ ਪ੍ਰੋਟੀਨ ਲੈਣੇ ਚਾਹੀਦੇ ਆ, ਮਤਲਬ ਅਸੀਂ ਸਾਰੀਆਂ ਚੀਜ਼ਾਂ ਨੂੰ ਕਾਊਂਟ ਕਰਦੇ ਹਾਂ, ਫਿਰ ਉਹਨੂੰ ਇੱਕ ਡਾਇਟ ਸ਼ਡਿਊਲ ਬਣਾ ਕੇ ਦਿੰਦੇ ਹਾਂ, ਅਤੇ ਬਾਕੀ ਅਸੀਂ ਉਹਦਾ ਵਰਕਆਊਟ ਉਹਨੂੰ ਸਕੈਜੂਲ ਬਣਾ ਕੇ ਦਿੰਦੇ ਹਾਂ, ਮਤਲਬ ਵੀਕਲੀ ਕੀ ਉਹਨੇ ਮਤਲਬ ਕਿ ਕਰਨਾ, ਜਿੱਦਾਂ ਕਾਰਡੀਓ ਲਗਾਉਣਾ, ਵੇਟ ਟ੍ਰੇਨਿੰਗ ਲਾਉਣੀ ਆ, ਸਾਰਾ ਉਹਦਾ ਇੱਕ ਪ੍ਰੋਪਰ ਸਕੈਜੂਲ ਬਣਾ ਕੇ ਦਿੰਦੇ ਹਾਂ, ਜਿਹਦੇ ਨਾਲ ਕੀ ਹੁੰਦਾ ਕਿ ਜਿਹੜਾ ਮਤਲਬ ਦੋਨੇ ਸਮੱਸਿਆਵਾਂ ਤੋਂ ਬੰਦਾ ਮਤਲਬ ਕਿ ਬਾਹਰ ਨਿਕਲ ਸਕਦਾ। ਇਸ ਤਰ੍ਹਾਂ ਜਿਵੇਂ ਆਪਾਂ ਕਈ ਕਿ ਗ੍ਰੀਨ ਟੀ ਜਾਂ ਬਲੈਕ ਟੀ ਜਾਂ ਬਲੈਕ ਕੌਫੀ ਲੈਣ ਨਾਲ ਕੀ ਇਹਦੇ ਨਾਲ ਕੋਈ ਫਾਇਦਾ ਹੁੰਦਾ? ਹਾਂਜੀ, ਬਹੁਤ ਸਾਰੇ ਫਾਇਦੇ ਹੁੰਦੇ, ਜਿੱਦਾਂ ਗ੍ਰੀਨ ਟੀ ਜੇ ਆਪਾਂ ਗੱਲ ਕਰੀਏ, ਜਿਹੜੀ ਗ੍ਰੀਨ ਟੀ ਆ ਇਹ ਸਾਡੀ ਬੋਡੀ ਡੀਟੌਕਸਿੰਗ ਵਾਸਤੇ ਬਹੁਤ ਵਧੀਆ ਜ਼ਰੂਰੀ ਚੀਜ਼ ਹੈਗੀ ਆ, ਮਤਲਬ ਜਿੱਦਾਂ ਅੱਜ ਦੇ ਸਮੇਂ 'ਚ ਅਸੀਂ ਬਹੁਤ ਬਾਜ਼ਾਰ ਤੋਂ ਗਲਤ ਮਲਤ ਜਾਂ ਗੰਦੀਆਂ ਚੀਜ਼ਾਂ, ਜਿਹਨਾਂ ਨੂੰ ਅਸੀਂ ਫਾਸਟ ਫੂਡ ਨੂੰ ਮੈਂ ਗੰਦੀਆਂ ਚੀਜ਼ਾਂ ਕਹਿ ਸਕਦਾ, ਮਤਲਬ ਕਿ ਜਿਹੜਾ ਫੂਡ ਹੋ ਗਿਆ, ਹਾਂਜੀ ਜੰਕ ਫੂਡ ਵਗੈਰਾ ਹੋ ਗਏ, ਅਸੀਂ ਇੱਕ ਲੈ ਰਹੇ ਹਾਂ ਤਾਂ ਉਹਦੇ 'ਚੋਂ ਕੀ ਸਾਨੂੰ ਕਿ ਜਿਹੜਾ ਸਾਡੇ ਬੋਡੀ ਦੇ ਅੰਦਰ ਬਹੁਤ ਸਾਰਾ ਗੰਦ ਇਕੱਠਾ ਹੋ ਜਾਂਦਾ ਸਾਡਾ, ਜਿਹੜਾ ਪੰਜਾਬੀ ਜਿਵੇਂ ਕਵਾਂ ਤਾਂ, ਅਤੇ ਜਿਹੜਾ ਬੋਡੀ ਨੂੰ ਡੀਟੌਕਸ ਕਰਨੀ, ਉਹਨਾਂ ਨੂੰ ਸਾਰੇ ਨੂੰ ਬਾਹਰ ਕੱਢਣ ਲਈ ਮਤਲਬ ਕਿ ਗ੍ਰੀਨ ਟੀ ਜਾਂ ਅਸੀਂ ਜਿਹੜਾ ਵਿਟਾਮਿਨ ਸੀ ਦਾ ਕੋਈ ਵੀ ਸਰੋਤ ਆ ਜਿੱਦਾਂ ਮਤਲਬ ਕਿ ਨਿੰਬੂ ਹੋ ਗਿਆ, ਅਤੇ ਇਹਨੂੰ ਲੈ ਸਕਦੇ ਹਾਂ ਨੋਰਮਲ, ਸਾਨੂੰ ਸੁਬਾਹ ਮਾਰਨਿੰਗ ਉੱਠ ਕੇ ਪਾਣੀ ਪੀਣਾ ਚਾਹੀਦਾ, ਜਿੱਦਾਂ ਇਹ ਸਾਰੀਆਂ ਸਾਡੀ ਬੋਡੀ ਨੂੰ ਡੀਟੌਕਸ ਕਰਦੀਆਂ ਜੀ। ਪਰ ਜਿਹੜੀ ਆਪਾਂ ਬਲੈਕ ਟੀ ਦੀ ਗੱਲ ਕਰ ਰਹੇ ਹਾਂ, ਉਹਦੇ 'ਚ ਕੀ ਹੁੰਦਾ ਕਿ ਅਸੀਂ ਜਿੱਦਾਂ ਸਾਡੀ ਉਹ ਫੈਟ ਨੂੰ ਵੀ ਬਰਨ ਕਰਦੀ ਆ, ਔਰ ਜਿੱਦਾਂ ਅਸੀਂ ਜਿੰਮ ਲਾਉਣਾ ਤਾਂ ਜਿੱਦਾਂ ਹੁਣ ਮੌਸਮ ਠੰਡਾ, ਮੌਸਮ ਠੰਡੇ ਦੇ ਵਿੱਚ ਸਾਡੀ ਬੋਡੀ ਨੂੰ ਵਾਰਮ ਅਪ ਕਰਨ ਦੇ ਵਿੱਚ ਵੀ ਸਾਡੀ ਮਦਦ ਕਰਦੀ ਆ। ਸਰ, ਕੀ ਟਾਈਮ ਸਹੀ ਹੁੰਦਾ ਹੈ ਜਿੰਮ ਲਾਉਣ ਦਾ, ਕਿ ਆਪਾਂ ਕਿਸ ਟਾਈਮ 'ਤੇ ਆਪਾਂ ਮੰਨਦੇ ਹਾਂ ਕਿ ਜਿੰਮ ਲਾਈਏ ਤਾਂ ਆਪਣੀ ਬੋਡੀ ਨੂੰ ਕਾਫੀ ਬੈਨੀਫਿਟਸ ਹੋ ਸਕਦੇ ਆ? ਦੇਖੋ ਜੀ, ਜਿੰਮ ਲਾਉਣ ਦਾ ਤਾਂ ਜਿਹੜਾ ਵੀ ਟਾਈਮ, ਕੋਈ ਮਤਲਬ ਆਪਾਂ ਮਾੜਾ ਟਾਈਮ ਨਹੀਂ ਕਹਿ ਸਕਦੇ ਵੀ ਇਸ ਟਾਈਮ 'ਤੇ ਟਾਈਮ ਨਹੀਂ ਸਹੀ ਹੈਗਾ, ਜਿਸ ਟਾਈਮ 'ਤੇ ਵੀ ਤੁਹਾਡੇ ਕੋਲ ਫ੍ਰੀ ਟਾਈਮ ਹੈਗਾ ਤੁਸੀਂ ਉਸ ਟਾਈਮ ਦੇ ਉੱਤੇ ਵੀ ਜਿੰਮ ਆ ਸਕਦੇ ਹਾਂ, ਚਾਹੇ ਮੋਰਨਿੰਗ ਈਵਨਿੰਗ ਮਤਲਬ ਦੁਪਹਿਰ ਟਾਈਮ 'ਤੇ, ਜਦੋਂ ਵੀ ਤੁਹਾਨੂੰ ਕੋਲ ਟਾਈਮ ਹੈਗਾ ਉਸ ਟਾਈਮ 'ਤੇ ਅਸੀਂ ਜਿੰਮ ਆ ਸਕਦੇ ਹਾਂ। ਪਰ ਉਹਦੇ ਵਿੱਚ ਦੂਸਰਾ ਕੀ ਹੁੰਦਾ ਕਿ ਵੈਸੇ ਜੇ ਆਪਾਂ ਨੋਰਮਲ ਗੱਲ ਕਰੀਏ, ਜਿਹੜੇ ਮਤਲਬ ਕਿ ਹਾਰਡ ਵਰਕ ਥੋੜ੍ਹਾ ਜਿਹਾ ਜਿੰਮ ਹਾਰਡ ਕਰਨਾ ਜਾਂ ਉਹਦੀ ਗੇਮ ਕਰ ਰਿਹਾ ਜਾਂ ਕੁਛ ਵੀ ਹੈਗਾ, ਉਹਦੇ ਲਈ ਮੈਂ ਪ੍ਰੈਫਰ ਕਰਦਾ ਕਿ ਥੋੜ੍ਹਾ ਜਿਹਾ ਸ਼ਾਮ ਟਾਈਮ 'ਤੇ ਜਿੰਮ ਜਾਂ ਹਾਰਡ ਵਰਕ ਹੋ ਜਾਵੇ, ਥੋੜ੍ਹਾ ਜਿਹਾ ਸਵੇਰ ਟਾਈਮ 'ਤੇ ਜਿਵੇਂ ਸੌਫਟ ਐਕਸਰਸਾਈਜ਼ ਹੋ ਗਿਆ, ਜਿਵੇਂ ਮੈਡੀਟੇਸ਼ਨ ਵਗੈਰਾ ਹੋ ਗਿਆ, ਯੋਗਾ ਵਗੈਰਾ ਹੋ ਗਿਆ, ਜਾਂ ਗਰਾਊਂਡ ਵਰਕ ਥੋੜ੍ਹਾ ਜਿਹਾ ਹੋ ਗਿਆ, ਇਹ ਕੀਤਾ ਜਾ ਸਕਦਾ ਹੁੰਦਾ। ਸਰ, ਇੱਕ ਡਾਇਟ ਚਾਰਟ ਬਣਦਾ, ਉਹ ਡਾਇਟ ਚਾਰਟ ਜਿਵੇਂ ਵੀ ਆਉਂਦਾ ਕੋਈ ਬੰਦਾ, ਉਹ ਹਰ ਬੰਦੇ
हर बंदे का गोल अलग डाइट चार्ट भी अलग ही होता जी सर अजकल देखिए नौजवान पीढ़ी नशे वाल बहुत जा रही है उसके बारे की कहना चाहूंगे सर देखा जाए तो हाँ जी सही गल है पर जे आप दूसरे बन्ने का गल करिए कि जिन्ना सोशल मीडिया के उत्ते जा असी मतलब जो कर रहे हो रहा सा मतलब कि उसके मुकाबले पंजाब के इंडिया के खिडारी भी बहुत वधिया है जिहड़े मतलब कि पंजाब नूं जां इंडिया नूं इंटरनेशनल लैवल ते जां वर्ल्ड लैवल ते रीप्रजेंट करते हैं और मतलब कि वह आप नहीं कह सकते भी बहुत सारा जो सा यूथ आ सारा इस टाइम तो नशे के जा चुका जिन्ना असी मतलब बदनाम कर देंगे इनू पर जिहड़े भी जे कोई बंदा नशे करता तो मैं यही जिन्हें भी है जिन्हें भी यूथ आ जिन्हें भी यंग आ उन्होंने यही एडवाइस आ कि जो नशा तो बच के आपके आप गेम वाले बन्ने किसी स्टडी वाले या किसी होर बन्ने जोड़ो कोई भी मतलब कि आपकी लाइफ के हमेशा बिजी रहो जो तुम बिजी रहने तो जो ध्यान आ किसी भी गलत बन्ने नहीं जाता गा तो जरा मतलब कि नशे तो बचे रह सकते हैं उसके सब तो व्डा गल की है जिम है कितने ताकि जी यूथ है कोई नौजवान पीढ़ी जो को आना चाहती है सीखना चाहती है या तो उन्होंने टिप्स देवोंगे तो तुम अपना एक एड्रैस दस दो फोन नंबर ताकि वो फोन नंबर थोड़ा रोटेट हो जाए ताकि जी ऑडियंस है वो भी देख लो हाँ जी सर जो सा जिम है फिरोजपुर रोड के उपर इंप्रूवमेंट ट्रस्ट की जी मार्केट बनी हुई है जिते सारिया बैंक वाली मार्केट भी हैगी है और एक्सिस बैंक और यस बैंक है साढ़े बिल्कुल नाल और एंडलैस पेज के उपर आ हाँ जी और मेरा नंबर है जी 8427238670 और साढ़े को सिर्फ इतने ही नहीं है कि तुम सिर्फ कल जिम लाने नहीं आना तुम साढ़े को आ के मतलब कि अथलैटिक्स ਜਾਂ ਥਰੋਆਂ ਲਈ ਫਰੀ ਆਫ ਕੋਸਟ ਜਿਹਦਾ ਅਸੀਂ ਕੋਈ ਚਾਰਜ ਨਹੀਂ ਤੁਹਾਡੇ ਤੋਂ ਲੈਂਦੇ ਗਏ ਫਰੀ ਆਫ ਕੋਸਟ ਟ੍ਰੇਨਿੰਗ ਦਿੰਦੇ ਹਾਂ ਤੁਹਾਨੂੰ ਜਿਵੇਂ ਕਿ ਰਘਬੀਰ ਜੀ ਦੱਸਿਆ ਕਿ ਜੇ ਤੁਸੀਂ ਐਥਲੈਟਿਕ ਕਰਨਾ ਚਾਹੁੰਦੇ ਹੋ ਜਾਂ ਰੋਜ਼ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਨੂੰ ਮਿਲ ਸਕਦੇ ਹੋ ਨੰਬਰ ਸਕਰੀਨ 'ਤੇ ਰੋਟੇਟ ਹੋ ਰਹੇ ਨੇ ਤੁਸੀਂ ਨੰਬਰ ਲੈ ਕੇ ਜਦੋਂ ਵੀ ਮਰਜ਼ੀ ਇਹਨਾਂ ਨੂੰ ਮਿਲ ਸਕਦੇ ਹੋ ਨੋ ਲਿਮਿਟਸ ਫਿਟਨੈਸ ਜਿਮ ਫਿਰੋਜ਼ਪੁਰ ਰੋਡ ਐਕਸਿਸ ਬੈਂਕ ਦੇ ਬਿਲਕੁਲ ਨਾਲ ਜੀ ਜਦੋਂ ਤੁਸੀਂ ਮਰਜ਼ੀ ਇੰਪਰੂਵਮੈਂਟ ਟ੍ਰਸਟ ਜਾ ਕੇ ਇਹਨਾਂ ਨੂੰ ਮਿਲ ਸਕਦੇ ਹੋ ਅਤੇ ਐਥਲੈਟਿਕਸ ਅਤੇ ਥਰੋਜ਼ ਦੇ ਬਾਰੇ ਤੁਹਾਨੂੰ ਫੀਡ ਗਾਈਡੈਂਸ ਅਤੇ ਫ੍ਰੀ ਪ੍ਰੋਪਰ ਇੱਥੇ ਕੋਚਿੰਗ ਦਿੱਤੀ ਜਾਂਦੀ ਹੈ ਤੁਸੀਂ ਉਹਨਾਂ ਨੂੰ ਆ ਕੇ ਜਦੋਂ ਮਰਜ਼ੀ ਮਿਲ ਸਕਦੇ ਹੋ ਅਗਲੇ ਹਫ਼ਤੇ ਇਸੇ ਪ੍ਰੋਗਰਾਮ ਵਿੱਚ ਇੱਕ ਨਵੀਂ ਹਸਤੀ ਨਵਾਂ ਐਪੀਸੋਡ ਤੱਕ ਸਤਿ ਸ਼੍ਰੀ ਅਕਾਲ